ਫੇਰ ਪੈਸੇ ਦੇਖ ਕੇ ਤਾਂ ਦੇਖੋ ਕਿਵੇਂ ਆਲੇ ਦੁਆਲੇ ਹੋ ਜਾਂਦੇ ਆ। ਸਮਾਲ ਮਨੀ ਇੱਥੇ ਜਿਹੜਾ ਮੋਬਾਈਲ ਹੁੰਦਾ ਨਾ ਜਾਂ ਕੈਮਰਾ ਤੁਹਾਡਾ, ਉਹ ਜਿੰਨਾ ਟਾਈਮ ਤੁਹਾਡੇ ਹੱਥ 'ਚ ਉਨਾ ਟਾਈਮ ਹੀ ਤੁਹਾਡਾ। ਜਦੋਂ ਕਿਸੇ ਦੇ ਹੱਥ 'ਚ ਜੇ ਫੋਟੋ ਖਿੱਚਣ ਲਈ ਵੀ ਇੱਥੇ ਤੁਸੀਂ ਕਿਸੇ ਨੂੰ ਕੈਮਰਾ ਦਿੱਤਾ ਨਾ ਤਾਂ 1212 ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਕੀਨੀਆ ਦੀ ਰਾਜਧਾਨੀ ਨਾਇਰੋਬੀ ਤੋਂ। ਤੇ ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਇੱਕ ਬਹੁਤ ਜੇ ਖਤਰਨਾਕ ਏਰੀਆ 'ਚ। ਫਿਲਹਾਲ ਅਸੀਂ ਹੈਗੇ ਹਾਂ ਡਾਊਨ ਟਾਊਨ ਏਰੀਆ ਪੈਂਦਾ ਹੈ ਨਾਇਰੋਬੀ ਦਾ, ਅਤੇ ਇੱਥੋਂ ਆਪਾਂ ਜਾਣਾਂਗਾ ਕੇਓਲੇ। ਕੇਓਲੇ ਉਹ ਹੈ ਜਿੱਥੇ ਇੱਕ ਗੈਂਗਸਟਰ ਗੁੰਡਾ ਬਸਤੀ ਹੈ, ਜਿੱਥੇ ਕੀਨੀਆਂ ਦੇ ਬਹੁਤ ਸਾਰੇ ਤਕੜੇ ਤਕੜੇ ਗੁੰਡੇ ਰਹਿੰਦੇ ਆ, ਅਤੇ ਖਤਰਨਾਕ ਏਰੀਆ ਹੋਊਗਾ। ਖੈਰ ਆਪਣੇ ਨਾਲ ਜਾਣਗੇ ਔਸਕਰ, ਜਿਹੜੇ ਹਮੇਸ਼ਾ ਆਪਣੇ ਨਾਲ ਹੁੰਦੇ ਆ, ਅਤੇ ਉਸ ਤੋਂ ਬਿਨਾਂ ਦੋ ਤਿੰਨ ਬੰਦੇ ਅਸੀਂ ਅੱਜ ਹੋਰ ਹਾਇਰ ਕੀਤੇ ਆ, ਅਤੇ ਉਹ ਨਾਲ ਜਾਣਗੇ। ਦੇਖਦੇ ਹਾਂ ਕਿਵੇਂ ਦਾ ਰਹਿੰਦਾ ਅੱਜ ਦਾ ਸਫ਼ਰ। ਡਾਊਨ ਟਾਊਨ ਇਲਾਕੇ ਤੁਸੀਂ ਬਹੁਤ ਦੇਖੇ ਹੋਣੇ, ਅਤੇ ਕੀਨੀਆ ਦਾ ਡਾਊਨ ਟਾਊਨ ਇਹੋ ਜਿਹਾ ਹੁੰਦਾ ਹੈਗਾ। ਅਤੇ ਵੈਸੇ ਤਾਂ ਜਿਹੜੇ ਤਕੜੇ ਤਕੜੇ ਤੁਸੀਂ ਕੈਨੇਡਾ ਅਮੈਰੀਕਾ ਜਾਂ ਰਹਿੰਦੇ ਹੋ ਨਾ, ਜਾਂ ਹੋਰ ਵੀ ਜਿਹੜੇ ਯੂਰਪ ਵਗੈਰਾ ਕੰਟਰੀ 'ਚ ਰਹਿੰਦੇ ਆ, ਵੈਸੇ ਡਾਊਨ ਟਾਊਨ ਦੇਖੇ ਹੋਣੇ। ਅਤੇ ਅਸੀਂ ਹੁਣ ਇੱਥੇ ਵੇਟ ਕਰ ਰਹੇ ਹਾਂ ਸਾਡੇ ਗਾਈਡ ਦੀ, ਔਸਕਰ ਦੀ, ਅਤੇ ਔਸਕਰ ਨੇ ਇੱਥੇ ਆਉਣਾ ਹੈਗਾ, ਅਤੇ ਇੱਥੇ ਦੇ ਸਾਨੂੰ ਲੋਕੇਸ਼ਨ ਦਿੱਤੀ ਹੋਈ ਹੈ। ਜਦੋਂ ਹੀ ਔਸਕਰ ਆਉਂਦਾ ਅਤੇ ਫਿਰ ਆਪਾਂ ਨਿਕਲਦੇ ਹਾਂ। ਦੁਨੀਆ ਭਰ ਦੇ ਜਿੰਨੇ ਵੀ ਡਾਊਨ ਟਾਊਨ ਨੇ ਅਸੀਂ ਸੋਹਣੇ ਸੋਹਣੇ ਹੁੰਦੇ ਆ, ਅਤੇ ਇੱਥੇ ਤੁਹਾਨੂੰ ਮਤਲਬ ਆਪਣੀਆਂ ਜੇਬਾਂ 'ਚ ਆਲੇ ਦੁਆਲੇ ਹੱਥ ਮਾਰ ਕੇ ਦੇਖ ਕੇ ਚੱਲਣਾ ਪੈਂਦਾ ਵੀ ਕੋਈ ਕੁਛ ਕੱਢ ਤਾਂ ਨਹੀਂ ਰਿਹਾ। ਤੁਹਾਡਾ ਕੈਮਰਾ, ਫੋਨ ਜਾਂ ਪੈਸੇ ਤੁਹਾਨੂੰ ਵਾਰ ਵਾਰ ਦੇਖਣੇ ਪੈਂਦੇ ਆ। ਇੱਥੇ ਇਹੋ ਜਿਹਾ ਕੁਛ ਹੈ, ਸ਼ਾਇਦ ਜਿਹੜੇ ਆਉਣ ਵਾਲੇ ਅਫਰੀਕਾ ਦੇ ਦੇਸ਼ ਹੋਰ ਹੋਣਗੇ, ਉਹਨਾਂ ਦੇ ਵੀ ਡਾਊਨ ਟਾਊਨ ਮੈਨੂੰ ਲੱਗਦਾ ਇਹੋ ਜਿਹੇ ਹੋਣ। ਇਹ ਆ ਗਿਆ ਜੀ ਆਪਣਾ ਗਾਈਡ ਔਸਕਰ। ਹੈਲੋ ਬ੍ਰੋ। ਹੈਲੋ, ਹਾਊ ਆਰ ਯੂ? ਆਮ ਗੁੱਡ। ਗੁੱਡ ਮਾਰਨਿੰਗ। ਮਾਰਨਿੰਗ ਮਾਰਨਿੰਗ। ਸੋ ਟੁਡੇ ਵੀ ਆਰ ਗੋਇੰਗ ਟੂ ਕੇਓਲੇ। ਯਾ, ਇਟਸ ਕੋਲਡ ਐਂਡ ਵੀ ਆਰ ਗੋਇੰਗ ਟੂ ਕੇਓਲੇ। ਇਟਸ ਡੇਂਜਰਸ? ਯਾ, ਇਟਸ ਡੇਂਜਰਸ। ਲਿਟਲ ਡੇਂਜਰਸ ਔਰ ਮੋਰ? ਇਟਸ ਡੇਂਜਰਸ, ਇਟਸ ਨਾਟ ਲਿਟਲ ਡੇਂਜਰਸ। ਡੇਂਜਰਸ? ਯਾ ਯਾ ਯਾ। ਸੋ ਹਾਊ ਮੈਨੀ ਪੀਪਲ ਵੀ ਆਰ ਗੋਇੰਗ? ਵੀ ਆਰ ਲਾਈਕ ਮੀ, ਯੂ, ਹਰ ਐਂਡ ਦ ਸਿਕਿਉਰਿਟੀ। Okay, yeah. The security. Yeah. How many people in the security? I think I have one, but we can add. Okay, can add. Yeah. ਇਹ ਕਹਿੰਦਾ ਮੌਕੇ ਦੇ ਹਿਸਾਬ ਨਾਲ, ਲੈਟਸ ਗੋ। ਇਹ ਕਹਿੰਦਾ ਮੌਕੇ ਦੇ ਹਿਸਾਬ ਨਾਲ ਆਪਾਂ ਐਡ ਕਰ ਲਾਂਗੇ, ਅਤੇ ਬਾਕੀ ਅੱਜ ਦੀ ਜਿਹੜੀ ਸਾਡੀ ਸਿਕਿਉਰਿਟੀ ਹੋਊਗੀ, ਵਾਕੀ ਟਾਕੀ ਸਿਸਟਮ ਵਗੈਰਾ ਹੋਰ ਲੈ ਕੇ ਜਾ ਰਹੇ ਨੇ, ਕਿਉਂਕਿ ਕਹਿੰਦੇ ਪਤਾ ਨਹੀਂ ਕਿਹੋ ਜਿਹਾ ਹੋਊਗਾ, ਇਹ ਕਹਿੰਦੇ ਆ ਵੀ ਖਤਰਨਾਕ ਏਰੀਆ ਹੈਗਾ। ਅਤੇ ਜਿਹੜੇ ਇੱਥੇ ਰਹਿੰਦੇ ਪੰਜਾਬੀ ਆ ਨਾ, ਸਾਨੂੰ ਸ਼ਾਮ ਸਵੇਰੇ ਮਿਲ ਲੈਂਦੇ ਆ ਕਦੇ ਨਾ ਕਦੇ, ਅਤੇ ਆਉਣ ਵਾਲੇ ਵਲੌਗ 'ਚ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਆਪਾਂ ਉਹਨਾਂ ਦੇ ਘਰੇ ਜਾਣਾ। ਉਹ ਕਹਿੰਦੇ ਇੰਨੇ ਖਤਰਨਾਕ ਏਰੀਜ ਤਾਂ ਅਸੀਂ ਮਤਲਬ ਸਾਨੂੰ ਸਾਡੀ ਚੌਥੀ ਪੀੜ੍ਹੀ ਆ ਇੱਥੇ ਰਹਿੰਦਿਆਂ ਦੀ, ਇੰਨੇ ਖਤਰਨਾਕ ਏਰੀਜ ਤਾਂ ਅਸੀਂ ਨਹੀਂ ਗਏ, ਕਹਿੰਦੇ ਤੁਸੀਂ ਇੱਥੇ ਆ ਕੇ ਜਿਹੜਾ ਐਕਸਪਲੋਰ ਕਰ ਰਹੇ ਹੋ। ਅਤੇ ਅਸੀਂ ਆਖਿਆ ਇਹੀ ਤਾਂ ਸਾਡਾ ਹੈਗਾ ਬਸ, ਜਿਹੜੇ ਵੀ ਕੰਟਰੀ 'ਚ ਜਾਂਦੇ ਹਾਂ ਨਾ, ਵੀ ਚੰਗੀ ਤਰ੍ਹਾਂ ਦੇਖੀਏ, ਉੱਥੇ ਐਕਸਪਲੋਰ ਕਰੀਏ। ਹਜੇ ਤਾਂ ਜਿਹੜਾ ਪਿੰਡਾਂ ਵਾਲਾ ਇਲਾਕਾ ਹੋਊ ਨਾ, ਤੁਹਾਨੂੰ ਪਿੰਡਾਂ ਦੇ ਵਲੌਗ ਦੇਖਣ ਨੂੰ ਮਿਲਣਗੇ, ਉਹ ਤੁਸੀਂ ਦੇਖਿਓ ਕਿ ਬਿਲਕੁਲ ਗਰਾਊਂਡ ਲੈਵਲ ਦੇ, ਜਿਹੜਾ ਅਸਲ 'ਚ ਰਿਐਲਿਟੀ 'ਚ ਅਫਰੀਕਾ, ਰਿਐਲਿਟੀ 'ਚ ਕੀ ਨਹੀਂ ਆ, ਉਹ ਤੁਹਾਨੂੰ ਉੱਥੇ ਦੇਖਣ ਨੂੰ ਮਿਲੂਗਾ। ਅਤੇ ਆਹ ਕਾਰਾਂ ਚੱਲਦੀਆਂ ਇੱਥੇ, ਇਹਨੂੰ ਮਟੈਟੋ ਬੋਲਦੇ ਆ ਆਹ ਕਾਰ। ਸੋਰੀ, ਇਹ ਬੰਦਾ ਬਹੁਤ ਭਰੋਸੇਯੋਗ ਹੈਗਾ, ਅਤੇ ਇਹਦਾ ਮੈਂ ਔਸਕਰ ਦਾ ਨੰਬਰ ਤੁਹਾਨੂੰ, ਜਾਂ ਜਿੰਨੇ ਮਤਲਬ ਪਿਛਲੇ ਵਲੌਗ ਤੋਂ ਸਾਡੇ ਨਾਲ ਸਿਕਿਉਰਿਟੀ ਦੇਖੀ ਹੋਣੀ, ਸਾਰਿਆਂ ਦਾ ਮੈਂ ਤੁਹਾਨੂੰ ਨੰਬਰ ਦੇ ਦੂੰਗਾ, ਮਤਲਬ ਕਮੈਂਟ ਇਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾ ਦੂੰਗਾ, ਉੱਥੋਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਤੇ ਐਂਡ ਪੂਰਾ ਭਰੋਸੇ ਵਾਲਾ ਬੰਦਾ, ਤੁਸੀਂ ਇਹਦਾ ਟਰੱਸਟ ਕਰ ਸਕਦੇ ਹੋ ਪੂਰਾ। ਮੇਰੇ ਵੀ ਪਹਿਲਾਂ ਕੋਈ ਫਰੈਂਡ ਸਰਕਲ 'ਚੋਂ ਆਇਆ ਸੀਗਾ, ਅਤੇ ਉਹਨੇ ਇਹਨੂੰ ਹਾਇਰ ਕੀਤਾ ਸੀਗਾ। ਔਸਕਰ ਆ ਨਾ, ਇਹ ਅਸਲ 'ਚ ਗਾਈਡ ਦਾ ਕੰਮ ਕਰਦਾ, ਇਕੱਲੀ ਮਤਲਬ ਇੱਧਰ ਉੱਧਰ ਤੁਹਾਨੂੰ ਚੀਜ਼ਾਂ ਦਿਖਾਉਂਦਾ, ਜਿਵੇਂ ਤੁਹਾਨੂੰ ਲੋੜ ਪੈਂਦੀ ਹੈ ਇੱਧਰ ਉੱਧਰ ਕਾਸੇ ਦੀ ਅਤੇ ਸਿਕਿਉਰਿਟੀ ਦੀ, ਫਿਰ ਇਹ ਉਵੇਂ ਸਿਕਿਉਰਿਟੀ ਪ੍ਰੋਵਾਈਡ ਕਰਾਉਂਦਾ। ਜਿਵੇਂ ਪਿਛਲੇ ਵਲੌਗ 'ਚ ਆਪਾਂ ਕਬੇਰਾ ਜਿਹੜੀ ਸਲਮ ਮਾਰਕੀਟ ਹੈ ਉੱਥੇ ਗਏ ਸੀ, ਇਹਦੇ ਸਾਰੇ ਕਿਤੇ ਕੰਟੈਕਟਸ ਬਣੇ ਹੋਏ ਆ, ਅਤੇ ਤੁਸੀਂ ਇਹਦੀ ਹੈਲਪ ਲੈ ਸਕਦੇ ਹੋ। ਮੈਨੂੰ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਹੈ ਵੀ ਜੇ ਤੁਸੀਂ ਕਦੇ ਪਹਿਲੀ ਵਾਰੀ ਆਉਂਗੇ, ਖਾਸ ਤੌਰ 'ਤੇ ਫੈਮਿਲੀ ਨਾਲ ਜਾਂ ਕਿਵੇਂ ਵੀ ਸਾਡੇ ਵਾਂਗੂ ਹੈ ਨਾ ਪਲਾਨ ਕਰਕੇ ਆਉਂਗੇ ਘੁੰਮਣ ਫਿਰਨ ਲਈ, ਅਤੇ ਪਹਿਲੇ ਦੋ ਤਿੰਨ ਦਿਨ ਤੁਸੀਂ ਜ਼ਰੂਰ ਇਹਨੂੰ ਹਾਇਰ ਕਰ ਲਿਓ, ਤੁਹਾਡੇ ਲਈ ਬੈਨੀਫਿਟ ਹੈ। ਜਿਹੜੇ ਤੁਸੀਂ ਪੈਸੇ ਨੂੰ ਦਿਓਗੇ, ਦਿਨ ਦਾ ਇਹ 2,000-2,500 ਰੁਪਇਆ ਚਾਰਜ ਕਰਦਾ, ਉਹ ਤੁਹਾਡੇ ਕਿਸੇ ਹੋਰ ਪਾਸਿਓਂ ਵੱਜ ਜਾਣਗੇ। ਇਹ ਨਹੀਂ ਪਤਾ ਤੁਹਾਡਾ ਕੋਈ ਕੈਮਰਾ ਖੋਣ ਤੋਂ ਬਚਾ ਦੇ ਇਹ, ਠੀਕ ਹੈ, ਤੁਹਾਡਾ ਨੁਕਸਾਨ ਹੋਣ ਤੋਂ ਬਚਾ ਦੇ, ਤੁਹਾਨੂੰ ਲੁੱਟ ਖੋਹ ਤੋਂ ਬਚਾ ਦੇ, ਉਹ ਤੋਂ ਦੁੱਗਣਾ ਇਹ ਫਾਇਦਾ ਕਰ ਦੂਗਾ ਤੁਹਾਡਾ। ਹੁਣ ਅਸੀਂ ਆਹ ਬੱਸ 'ਚ ਚੱਲੇ ਹਾਂ,
ਇਹੋ ਜੀਆਂ ਬੱਸਾਂ ਹੈ ਯਾਰ ਸਕਾਈ ਸਪੋਰਟ ਕੀਨੇ ਦੀਆਂ ਹਲੋ ਬ੍ਰੋ ਮੈਂਬੋ ਮੈਂਬੋ ਮੈਂ ਨਹੀਂ ਹੁੰਦਾ ਕਿਵੇਂ ਹੈ ਜੈਂਬੋ ਪੋਆ ਦਾ ਜਵਾਬ ਚੰਦੇ ਪੋਆ ਹੁਣ ਤਾਂ ਕੀਨੀਆਂ ਦਾ ਰੰਗ ਜਿਹਾ ਸਾਨੂੰ ਵੀ ਲੱਗ ਗਿਆ ਵਾਲ ਇਹਨਾਂ ਦੇ ਵਾਲੇ ਘੈਂਟ ਹੁੰਦੇ ਆ ਦੇਖੋ ਘੈਂਟ ਬੰਦੇ ਆ ਯਾਰ ਸਾਰੇ ਜੈਂਬੋ ਮੈਂਬੋ बार बार आके उतर गए असी मैं लगता आए हैं कोई 5-7 किलोमीटर बाहर आए हैं क्योले नाम का एरिया है सारा इतने हूँ असं सब तो पहला वेट करते हैं साढ़े बंद की जेडे साढ़े नाल जाएंगे ना बंदे कट्ठे होने शुरू हो गए तो ज्यों ही साढ़े सारे बंदे आ जाते हैं फिर असी जावे अंदरले पासे ते अंदर है मतलब पूरा रोड तो हट के एक पूरी बस्ती है भी मतलब जिथे इन्हां दा गैंगस्टर किसी टाइम रहिंदे सी हुण तां खैर घट है कम कुछ पर एक्टिव ने हजे भी क्योंकि कहिंदे भी पुलिस ने काफी सारे खत्म करते है ना पर जिहड़ा पुराना टाइम सीगा पहला वाला टाइम जिवें अपने मुंबई च चलदी सी ना दादागिरी उही कम इत्थे हुंदा सीगा ते इह इलाका इहो जिहा जिथे पुलिस भी अंदर आउण तों डरदी है पुलिस भी 100 बार सोच रही है भी असं अंदर जाइए जा ना जाइए तो इतने इन्हों की राज है ये लोकल बंदी हायर की है अज ऑस्कर ने सानू ऐसी भी लैवी साऊगा जिहड़ा मुंडा पिछले ब्लॉग जब तुम देखे होना अपने नाल गया सीगा पर ये लोकल ओदा इलाका होर सीगा वह उधर गया साडे नाल इतने इन्हें होर बंदे हायर किए देखो थोनों देखण तो ही पता लग जाता जा आला दुआला देखण तो है ना भी किवें दे इलाके होणगे ये इतने थोनों आ दसा बसा नहीं इतने चलदिया ट्रक ने बहरों जिन्हें भी इतने व्हीकल ने ना बहरों एक्सपोर्ट होंगे होर थावों तो आए बई मैं दूर होना पैदा जो कोई बाइक आला आ अच्छा मैं तुम्हें दस रहा से टैंपू है ट्रक हैगा ये पिछों उपरों छत छुत बना के बस बनाते हैं यूज़ करते इतने फिर इन्हों तो यार बड़ा डर लगता मैं पता नहीं ऑस्कर ने पहले दिन ही डराता भी बाइक आए तो दूर रहना तू बस हाँ अच्छा कहते अगे रहो मैं कहना भी तू अगे रह तू पिछे ना रह फिर ऑलवेज ही प्रैफर करते हैं केवल स्टार्ट फ्रॉम दिस प्लेस आई थो स्टार्ट नाउ वी एंटरिंग स्क्वायर ले ओके ओके खोजी मोटरसाइकिल तो मैं बहुत डर लगता है मैं ऐ लगता मैं पंजाब च जाके भी ना मोटरसाइकिल तो डरी जाव हैलो मैम बो यार जिमें आप पिछले वो च गए से ना बस्ती च ते कबेरा च है ना ते इत्थे जा रहे हैं ये अंदर उत्थे ते ऐसा फर्क है उत्थे वैसे थोड़े जे जड़े मतलब गरीबी रेखा थले लोग सी उत्थे ओ रहिंदे सीगे इत्थे गुंडा इत्थे दादागिरी रहिंदी है जिन्हें गुंडे लोग हाँ जिन्हें गुंडे लोग ओ रहिंदे आ लास्ट ब्लॉग ते ना एक दो कमेंट्स आए सीगे सानू कि तुसी जड़े उन्हां नाल कुटमार कर रहे सीगे जड़े साडे नाल सिक्योरिटी वाले बंदे गए सी उत्थे यार की हुंदा है मतलब एट द मूमेंट सीन की सीगी उत्थे साढ़े तो बैक हो रहे सी वो साडा है ना ते वो फिर जदों नाल जिन्हां नूं असीं जे पैसे दित्ते उहदा फिर ओबवियसली मतलब करनगे वो सानूं प्रोटेक्ट करनगे है ना वो बैक हो रहे सी फिर इन्ने च झगड़ा वध गया लड़ाई हो गई फिर उन्होंने फट के कुटिया ते नहीं देखण नूं कई वारी ऐ लगदा हुंदा भी गरीब बंदे कुटते जाए है ना पैसे यार आपां मैं कहा भी तुसीं रहण दो कोई नहीं आपां पैसे दे दिंदे आ क्योंकि असं उस तो पहला ऑलरेडी बहुत जने पैसे दे चुके से है ना जिहड़ा भी उत्थे देखो पैसे मंगदा किसी 500 देता सी किसी 200 देता हुण इन्ने वो कहिंदे भी किनू इत्थे दे आऊंगे जिन्ने देंगे वध आउणगे तां करके फिर वो जदों ही साडी लड़ाई हुई कुटमार करके छेती जने सानू कढ लए हो इलाके चों होप्स अज इहो जिहा कुछ ना होवे अज असी ठीक ठाक सारा विजिट कर लीए इत्थे ना सानू इह कहेगा इन्हां ने भी तुसीं समाइल रखनी है मूँह ते हस के गल करनी है सारे नाल
मैम्बो जैम्बो ऐ कहते रहो इन्हों ए लगे भी हाँ ठीक है हस के बुला रहे जो माड़ी जी तड़फेड़ करोंगे फिर ये आकड़ देंगे कहते तो एक वीडियो बनाने तो बहुत मना करते हैं। कल वांगू ना असी छोटी छोटिया गलिया च जाना शुरू हो गए तो पर इतने रहन सहन वधिया लगता मैनू इन्हों का जिमें कल उन्होंने रहन सहन वधिया नहीं सी। ए ऑस्कर कहिंदा भी मेरी परमिशन तो बिना वीडियो नहीं बनानी। सो हां या आई वाज टेलिंग यू यू कांट मेक वीडियो नॉट अनलेस आई टेल यू। ओके या इफ आई से कट जस्ट कट बिकॉज ओके इफ आई से स्टॉप देयर इज अ रीजन ओके एंड जस्ट लाइक वी सेड अर्लियर इट्स नॉट सेफ या ओके या सो व्हेन आई से स्टॉप जस्ट स्टॉप ओके ओके यू प्रोटेक्ट अस या मी एंड हिम विल प्रोटेक्ट No safe, but it won't happen. Okay. Yep. एक ना मैं तेरे नाल आया हूँ या कुछ नहीं होने देंगे अपा ते बाकी देखते हैं कहना वीडियो थोड़ा जो मेरी परमिशन तो बिना ना बनाई जिथे मैं मना कर दूँ उथे बंद कर दी नाल दी नाल इतने जोड़ा मोबाइल होंगे ना ज कैमरा थोड़ा वो जिन्ना टाइम थोड़े हाथ जा उन्ना टाइम ही थोड़ा जो किसी के हाथ जे फोटो खिंचन लिए भी इतनी किसी कैमरा देता ना तो उन्हों का हो गया बस ए छोटिया छोटिया गलों का ना ध्यान रखियो जो ही कैमरा किसी के हाथ चलया गया वह थोड़ा नहीं वो उन्होंने उदू बाद वैल्यू तय करे भी वह किन्ने पैसे लैके तुम वापस कर देंगे कल परसों इतने दंगे दुंगे हो गए अगर उगा ला के हटिया टायर मचाए पे है आ देखो इतने योजा इलाका है इतने अगर उगा लाइया सी इन्होंने इतने यह कुछ नॉर्मल है चलता रहता है इन्हों कुछ ज़्यादा नहीं लगता लै भी मित्रों हूँ जान लगे आप गली तो अंदर न तो इतने थोड़ा जहा डेंजरस इलाका जिम्मे आप कहना भी पिंड के अंदर बढ़ रहे हैं ना हूँ एक तरह नाल पिंड के अंदर बढ़ रहे हैं बंदे अपन इतने दो होर मिलेंगे टोटल चार जने अंदर जावे असं हम ये भाई सा लिया होगा तो अच्छ तो सिक्योरिटी ले देना मैं ब्रैवो ऑस्कर अगे गया होगा कैन यू हियर मी अगे गलबात करके एक बंदा सा अगे आई कैन गैट यू कैन यू गैट मी या आई कैन हियर यू कैन आई कम या इट्स सेफ यू कैन कम एक ही ने गड्डी अगे ला ली ओह माय गॉड हेलो ये इन्होंने घर आने लग गए हूँ तो इतने योजे घर च रेंदे ये बड़ा है बिची शॉप्स है इन्होंने बिची इतने रहन सहन इन्हों का कि टूरिज्म कई थावां ते ना यार बोलना भी औखा हो जाता है तो क्योंकि ऐ हुंदा है जो किसी के कोलों लंघते होंगे ना चार पाँच जने बैठे होंगे है हैलो मामो तो जो बैठे होंगे चार पाँच जने डर लगता तो भावें साढ़े नाल है बंदे ये जमा अंदर का डीप इनसाइड है ये प्योर अंदर का एरिया सर है दिस वे ओके ये कहना इधर चलो ओके ओके गो ये कहना इधर चलो उथे इधर कहना डेंजरस है इधर चलो दिस प्लेस इज नॉट सेफ ओके 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 ये कहना निकल जाओ इतों ओह माय गॉड तुम सोचते हो यार भी कहो जी जगह पर फिरते हैं ना यह जी जिंदगी बंदे नूं याद भी रहिंदियां चीज़ां देखी हुई जिहड़ियां सौखियां चीज़ां जिहड़े तुहाडे लई लैसन हुंदे आ यस गाइज ओवर देयर वेयर ओके इन्हों ना सारा पता हुंदा भी कित्थे की है मतलब कितों किधर दी निकलना क्योंकि यह नित दा कम है इन्हां दा ऑस्कर दा मतलब यह थावां च लैके जाना जदों इनू एक मिनट च इनू एक बंदे का पता बहुत छेती लग जाता भी किहड़ा बंदा फ्रेंडली है किहड़ा नहीं हैगा किहड़ा मतलब हुण पैसे मंगू जां अटैक करू नाल दी नाल उत्थों तुहानूं दो मिनट च इन्हें बाहर कढ लिआउणा हैगा हुण जिवें उत्थों लगन लग्गिया सीगा पिछे तो नाल दी नाले सानूं बाहर लिया आ ना जा नाल वॉकी टॉकी रखे है तो वॉकी टॉकी मतलब एक गलबात करनू है दूरों तो भी पता लग जाए भी किधर सेफ है किधर सेफ नहीं तो दूजी गल रखी है क्योंकि मतलब
यह प्रभाव पाने लिए है ये जान के लैके आए हैं जेडे ना इतने देखने वाले आ जिन्हों के कोल असी लंघ रहे हैं जदों साडे नाल दे कोले सारियां कोले वॉकी टॉकी चक्के हुए तो विचाले असी तुरे जाने तो इन्हों ए लगता भी ये कोई ऑफिशियल बंदे है जां भी पुलिस दे बंदे आ जां आर्मी दे बंदे है ना हाँ भी ऑफिशियल ने थोड़े जे सानू कोई नेड़े नहीं आता हाथ नहीं पाँगा जां बुलाउंदा नहीं है ना तो तुहानू एक गल होर दसदा असी अज कुछ भी समान नाल आपदे कैरी नहीं किया तो सिर्फ मेरे को जड़ा मतलब कैमरे तो मैं ब्लॉग कर रहा यह है तो 2000 रुपए है क्योंकि इन्होंने कहा सीगा भी कुछ भी नाल नहीं लैके आना ठीक है बैग भी जड़ा साडा हैगा वो ऑस्कर नूं दिता होया क्योंकि उहदे विच वॉकी टॉकी का सारा सिस्टम सारा सैट सीगा वॉकी टॉकी का तां जो मतलब साडे कोई नेड़े ना सके एक बंदे इत्थे साडे फेर मगर लग गया यार इत्थे ओके मसा खड़ा छड़ाउणा पैंदा यार इहो जे बंदे नूं जदों मगर लग जांदे ने वैसे तो साढ़े नाल चलो बंदे है सारे पर फिर भी ऐ हुंदा ये गल करते इन्हों पता हुंदा ओ माय गॉड हेलो बॉस हेलो हेलो Mambo. Poa sana, si tuko fiti mbaya. Tunang'aa tuna vera, tusinaona. Sasa wewe ndo umejitetea, si wewe ndo utapata hiyo lunch. Si ndio. You're saying the hustle is down. They don't have anything to eat. Their business is down. They don't have anything to eat. Okay. Yeah. Everyone have same story. In the Kenya. Yeah. Kenya च यार सारे की सेम स्टोरी है सारे कहते सा बिजनेस डाउन है कुछ पैसे दो कुछ मनी दो सानू क्योंकि सानू ऑस्कर ने दसाया जो ना एक बार पैसे मंग लैन थोड़े तो तुसी मतलब पिछे नहीं हटना फिर पैसे देने भावें 100 दो 200 दो क्योंकि फिर नहीं है मगर पै जाते कहते साड़ी वीडियो बनाई है साडा है कीता स्नैच करन तक जाते क्योंकि इतने इन्हों का गैंग है सारा कट्ठे है ओके बस Mambo double gauge kanchi chakki verda una gadd di brava what is it 200 ni side hai 81 kata kata gala ta nahi katda ide nal class season okay ओके बाय बाय ओके बाय बाय साडा डेली का मैंने ला लो भी 5-7 हज़ार रुपया जा रहा ऐड दी मूवमेंट ऐड दी टाइम वो क्यों जा रहा क्योंकि कुछ पैसा तो असं इन्हों दें जे साडे नाल आउंदे आ सिक्योरिटी सेफ्टी लई कुछ पैसे फिर समान ते लग जांदे आ इन्हां नूं खवाउण पिलाउण लई ते कुछ फिर वंडण लई जिहड़ा इन्हां नूं वंडदे आ सारे आ मतलब 100 ले लिया किसी ने 200 ले लिया इतने अगे एरिया मतलब खत्म हो जाता है अगे कुछ भी नहीं दिखता हेलो हाउ आर यू फाइन गुड या यहाँ जे गाने भी देंगे यहाँ जे tunataka tu kuchukua hii area vile kuna kaa huko at least adventure kiasi najai hello bro how are you msijali tutatafuta msijali sasa unajua lazima mtu boy ajai ethe na har ek da area bandya hunda hai te ek banda oh area da head hunda hai ga ohnu puch ke fir ohnu paise dene pende hai fir tusi oh ilaka dekh sakde ho kyo ja area dekh lo survive karna aukha ho janda yaar aa vi eh jehda tusi pichle last vlog ch kabera wala area dekhe si oh ja area gaya sara eh ਇਹੋ ਜਿਹੀਆਂ ਨਾ ਚੀਜ਼ਾਂ ਤੁਹਾਨੂੰ ਹੈਰਾਨੀ ਹੁੰਦੀ ਉਹ ਦੇਖ ਕੇ ਤੁਹਾਨੂੰ ਐਂ ਲੱਗਦਾ ਵੀ ਪਤਾ ਨਹੀਂ ਕਿੱਥੇ ਫਿਰਦੇ ਆ ਪਰ ਇਹ ਆਮ ਹੈ ਇੱਥੇ ਕਿਉਂਕਿ ਇਹੀ ਇੱਥੋਂ ਦੀ ਲਾਈਫ ਆ ਮਤਲਬ ਇਹ ਅਸੀਂ ਕੋਈ ਬਾਲੀ ਖਾਸ ਜਗ੍ਹਾ 'ਚ ਨਹੀਂ ਹੈਗੇ ਵੀ ਬਾਲੀ ਐਂ ਲੱਭ ਕੇ ਆਏ ਆ ਇਹੀ ਇੱਥੋਂ ਦੀ ਲਾਈਫ ਹੈਗੀ ਇਹੀ ਕੁਝ ਤੁਹਾਨੂੰ ਦੇਖਣ ਨੂੰ ਮਿਲਣਾ ਯੈਸ ਦਿਸ ਇਜ਼ ਵੈਰੀ ਓ ਮਾਈ ਗੋਡ ਹਾਈ ਬ੍ਰਦਰ ਅੱਗੇ ਯਾਰ ਨਾ ਥੋੜਾ ਜਿਹਾ ਖੁਸ਼ੀ ਇੱਥੇ ਰਹੋ ਤੁਸੀਂ ਖੁਸ਼ੀ ਇੱਥੇ ਰਹੋ 2% ਖੁਸ਼ੀ ਇੱਥੇ ਰਹੋ ਕਿਉਂਕਿ ਅੱਗੇ ਥੋੜਾ ਜਿਹਾ ਮੱਖੀ ਮੁੱਖੀ ਬਹੁਤ ਹੈ ਓਕੇ ਗੰਦ ਬਹੁਤ ਹੈਗਾ ਦ ਬਾਰਕਸ ਮੈਂ ਤਾਂ ਯਾਰ ਇਹ ਹੈਰਾਨ ਆ ਵੀ ਇਹ ਲੋਕ ਇੱਥੇ ਸਾਹ ਕਿਵੇਂ ਲੈਂਦੇ ਆ ਇੰਨੇ ਥੋੜੇ ਜਿ ਹਿਸ ਸੋ ਡੈਟੀ ਹਾਂ ਹਾਊ ਦੇ ਸਰਵਾਈਵ ਹੈ
you know, if you're in this environment, you will adapt. Yeah, adapt. Just like that. Because you don't have any other option. Yeah. There's nowhere you can run to. Yeah. Yeah. So you have to adapt. Yeah. They adapt his life. Yeah. Yeah. ਇਹ ਕਹਿੰਦਾ ਵੀ ਇਹਨਾਂ ਨੇ ਹੀ ਬਸ ਮੰਨ ਲਿਆ ਵੀ ਇਹੀ ਸਾਡੀ ਜ਼ਿੰਦਗੀ ਇੱਥੇ ਹੀ ਰਹਿਣਾ ਤੁਸੀਂ ਦੇਖੋ ਅਤੇ ਇਹ ਗੰਦਾ ਇੱਧਰੋਂ ਪਿਛਲੇ ਪਾਸੇ ਨਾਲ ਆਉਂਦਾ ਉਹ ਦੇਖੋ ਇੱਥੋਂ ਹੀ ਸਮਾਨ ਕੱਢਦੇ ਆ ਇਹ ਅਤੇ ਇੱਥੇ ਹੀ ਰਹਿੰਦੇ ਆ ਯਾਰ ਧੰਨ ਹੈ ਇਹ ਲੋਕ ਬਈ ਜਿਹੜੇ ਇੱਥੋਂ ਦੀ ਜ਼ਿੰਦਗੀ 'ਚ ਰਹੀ ਜਾਂਦੇ ਇੱਦਾਂ ਕਹਿੰਦਾ ਹਰੇਕ ਬੰਦਾ ਇੱਥੇ ਪੈਸੇ ਹੈਲੋ ਬ੍ਰੋ ਹਾਓ ਆਰ ਯੂ ਹਾਂ Carino? Gorillo? Yeah, Gorillo, the grandma. Yeah. The grandma is black. Gorillo black. Okay. ਸਮਝ ਨਹੀਂ ਆਉਂਦੀ ਬਸ ਆਇਆ ਜਿਹੜੀ ਗੱਲ ਸਾਨੂੰ ਆਸਕਰ ਨੇ ਸਮਝਾਈ ਸੀ ਵੀ ਜਿਵੇਂ ਜਿਵੇਂ ਬੋਲੀ ਜਾਂਦੇ ਇਹਨਾਂ ਨੂੰ ਕਹੀ ਜਾਓ ਯਾਰ ਹੈਲੋ ਬ੍ਰੋ ਫਾਈਨ ਪੈਸੇ ਦੇਖ ਕੇ ਤਾਂ ਦੇਖੋ ਕਿਵੇਂ ਆਲੇ ਦੁਆਲੇ ਹੋ ਜਾਂਦੇ ਆ ਸਮਾਲ ਮਨੀ don't have more money we don't have more money you have more money give us some money we are hungry we want money okay fine thank you okay bye bye okay 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 bye 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 okay bye bye take this one yes ਇੱਥੋਂ ਦੀ ਲਾਈਫ ਨਾ ਬਹੁਤ ਹਾਰਡ ਹੈ ਬਹੁਤ ਜ਼ਿਆਦਾ ਸਾਨੂੰ ਮਤਲਬ ਸਾਨੂੰ ਤਾਂ ਯਾਰ ਬਹੁਤ ਵਧੀਆ ਧਰਤੀ ਮਿਲੀ ਹੋਈ ਆ ਤੁਹਾਨੂੰ ਪਿਛਲੇ ਬਲੌਗ 'ਚ ਮੈਂ ਜਦੋਂ ਕਵੇਰਾ ਗਏ ਸੀ ਉਦੋਂ ਵੀ ਇਹ ਗੱਲ ਬੋਲੀ ਸੀ ਹੈ ਨਾ ਅਤੇ ਰੱਬ ਦਾ ਸ਼ੁਕਰ ਕਰਿਆ ਕਰੀ ਆਪਾਂ ਬਹੁਤ ਰਾਜੇ ਹਾਂ ਆਪਣੇ ਘਰ ਇੱਥੇ ਦੇ 54 ਦੇਸ਼ ਆ ਪੂਰੇ ਕੰਟੀਨੈਂਟ 'ਚ ਅਫਰੀਕਾ ਦੇ ਵਿੱਚ 54 ਚੋਂ ਬਹੁਤ ਥੋੜ੍ਹੇ ਦੇਸ਼ ਹੋਣਗੇ ਜਿਹੜੇ ਮਤਲਬ ਆਪਣੀ ਵਧੀਆ ਜ਼ਿੰਦਗੀ ਆ ਸ਼ਾਇਦ ਨੌਰਥ 'ਚ ਹੋਣ ਜਿਹੜੇ ਅਲਜੀਰੀਆ ਲੀਬੀਆ ਇਜਿਪਟ ਉਹ ਵੀ ਇਹਦੇ 'ਚ ਆਉਂਦੇ ਨੇ ਜਾਂ ਸਾਊਥ ਅਫਰੀਕਾ ਵਗੈਰਾ ਹਨ ਹੇਠਲੇ ਕੰਟਰੀ ਆ ਮੈਨੂੰ ਲੱਗਦਾ ਵੀ 50-54 ਚੋਂ ਘੱਟੋ ਘੱਟ 40 ਦੇਸ਼ ਇਹੋ ਜਿਹੇ ਹੋਣਗੇ ਜਿਨ੍ਹਾਂ ਦਾ ਲਾਈਫ ਸਟਾਈਲ ਸੇਮ ਆ ਓਕੇ ਥੈਂਕ ਯੂ ਬ੍ਰੋ ਥੈਂਕ ਯੂ ਸੋ ਮੱਚ ਇਹ ਬੰਦਾ ਇੱਥੋਂ ਹਾਇਰ ਕੀਤਾ ਸੀ ਅਸੀਂ ਇੱਕ ਹੋਰ ਥੈਂਕ ਯੂ ਵੈਰੀ ਹੈਪੀ ਓਕੇ ਓਕੇ ਥੈਂਕ ਯੂ ਇਹਨੇ ਬਹੁਤ ਮਦਦ ਕੀਤੀ 500 ਰੁਪਏ 'ਚ ਖੁਸ਼ ਹੋ ਗਿਆ 500 ਰੁਪਏ 'ਚ ਹਾਇਰ ਕੀਤਾ ਸੀ ਇਹਨੂੰ ਅਤੇ ਲੋਕਲ ਬੰਦੇ ਆ ਨਾ ਜਿਹੜੇ ਜਦੋਂ ਇੱਥੇ ਆ ਕੇ ਕਿਤੇ ਹਾਇਰ ਕਰਦੇ ਆ ਉਹ ਤਾਂ 200-300-500 ਇੰਨੇ ਜੀ ਮੰਨ ਜਾਂਦੇ ਆ ਦੇਖੋ ਐਂ ਰਾਹ ਪਰਾਂ ਕਰਾਉਂਦੇ ਆ ਖੁਸ਼ੀ ਮੈਨੂੰ ਐਂ ਲੱਗਦਾ ਵੀ ਆਪਾਂ 2-4 ਬੰਦੇ ਇੰਡੀਆ 'ਚ ਵੀ ਰੱਖ ਲਏ ਤਾਂ ਜੇ ਬੱਸ ਚੱਲੇ ਕਾਰ ਜੀ ਚੱਕ ਕੇ ਕਿਹੜਾ ਨਾ ਪਾਸੇ ਕਰ ਦਿੰਦਾ ਹੈ ਉਹ ਲੜਾਈ ਹੋ ਗਈ ਉੱਥੇ ਵਾਈ ਦੇ ਫਾਈਟ ਹਾਂ ਡੋਂਟ ਟੇਕ ਵੀਡੀਓ ਓਕੇ 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 ਡੋਂਟ ਟੇਕ ਵਾਈ ਡੋਂਟ ਟੇਕ ਦਿਸ ਪੀਪਲ ਆ ਵੀ ਗੋ ਓਕੇ ਓਕੇ ਅਟੈਕ ਕਰਨੀ ਮੈਂ ਤਾਂ ਕੈਮਰਾ ਹੋਣ ਨਹੀਂ ਰੱਖਦਾ ਹੁੰਦਾ ਲੜੀ ਜਾਂਦੇ ਯਾਰ ਇੱਥੇ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ We are going to, we are using the different route because we already used this route and they already know we are in the area. So you can get even some of them are waiting for us to come back so that you can do something. They attack on us? So yeah, so we will use the other route, meet another different people as we go. Okay. Yeah. Nice idea. These are supermarkets. There is a lot of food here. When we have a big mall, there is a lot of food here. Today, there are a lot of people here. ਉਹ ਸਾਨੂੰ ਪਿੱਛੋਂ ਵਾਰਨਿੰਗ ਦੇ ਰਹੇ ਆ ਅਤੇ ਨਾਲ ਗੱਲਬਾਤ ਕਰ ਰਹੇ ਆ ਕਿ ਅੱਗੇ ਆ ਜਾਓ ਅਸੀਂ ਇਹ ਸੁਣ ਸੁਣ ਅੱਗੇ ਜਾ ਰਹੇ ਹਾਂ ਦੋ ਬੰਦੇ ਮੇਰੇ ਨਾਲ ਆ ਦੋ ਬੰਦੇ ਗਲੀ 'ਚ ਅੱਗੇ ਤੁਰੇ ਜਾ ਰਹੇ ਆ 1212 ਰੀਚ ਵੀ ਯਾ ਓਕੇ ਰਾਈਟ ਵੇ ਆਰ ਯੂ ਸੇਫ ਯਾ ਇਜ਼ ਐਵਰੀਥਿੰਗ ਕਲੀਅਰ ਯੂ ਕੈਨ ਕਮ ਓਕੇ ਵੀ ਆਰ ਕਮਿੰਗ ਓਕੇ ਹਾਲ ਓਕੇ ਸਾਰੇ ਤੋਂ ਡਰਦੇ ਆ ਯਾਰ ਨਿੱਕੇ ਨਿੱਕੇ ਟ੍ਰਿਕਸ ਹੁੰਦੇ ਆ ਹਰ ਕੰਟਰੀਆਂ ਦੇ ਆਪੋ ਆਪਣੇ ਤੇ ਇਹਨਾਂ ਤੋਂ ਭੱਜਦੇ ਆ ਸਾਰੇ ਪਰ ਜੇ ਓਰੀਜਨਲ ਕਾਪਸ ਮਿਲ ਗਏ ਫਿਰ ਆਪਣੇ ਆਪਾਂ ਭੱਜਾਂਗੇ ਮੂਰੇ ਦੇ ਵਾਸ ਸੇਇੰਗ ਇਫ ਨੋ ਲੰਚ
No going back home with phones. Yeah, no lunch. No going back with the phones. ਜੇ ਉਹਨਾਂ ਨੂੰ ਪੈਸੇ ਨਾਲ ਇਹ ਕਹਿੰਦਾ ਵੀ ਬਿਨਾਂ ਪੈਸੇ ਦੇ ਤੇ ਇੱਥੋਂ ਘਰੇ ਮੁੜਨਾ ਮੁਸ਼ਕਲ ਆ, ਪੈਸੇ ਦਿਓ ਘਰ ਨੂੰ ਸੇਫ ਵਾਪਸ ਮੁੜੋ। If you have money, you have life. Yeah. If you don't have money, you don't have life. Then, if you don't have money, don't come here. सही है। हुण असीं आ गए बई दुआरे बाजार च, ते जिहड़ी जिथे इहनां दी मार्केट सी, इत्थे थोड़े बहुत लोक हैगे वाधू, इत्थे इहो जिहा कुछ नहीं वापरदा क्योंकि जिहड़ियां आम गलियां हुंदियां ने उत्थे लुट खोह करदे, उत्थे स्नैचिंग करदे, ते उत्थे मिल के आ जांदे पंज सत इकट्ठे बाइक वाले, ते समान समून खोह के लै जांदे। ਅਤੇ ਬਾਕੀ ਨਾਇਰੋਬੀ 'ਚ ਜ਼ਿਆਦਾ ਇਹ ਕੁਛ, ਕਿਉਂਕਿ ਨਾਇਰੋਬੀ 'ਚ ਇੱਕ ਤਾਂ ਪਾਪੂਲੇਸ਼ਨ ਬਹੁਤ ਆ ਯਾਰ, ਤਾਂ ਕਰਕੇ ਜਦੋਂ ਅਸੀਂ ਕੀਨੀਆ ਦੇ ਪਿੰਡਾਂ ਪੁੰਡਾਂ ਜਾਵਾਂਗੇ ਉੱਧਰ ਕਹਿੰਦੇ ਸੇਫ ਹੈ ਸਾਰੇ, ਜਿਹੜੇ ਇੱਥੇ ਪੰਜਾਬੀ ਰਹਿੰਦੇ ਉਹ ਵੀ ਦੱਸਦੇ ਸੀ ਵੀ ਉੱਧਰ ਕੁਛ ਵੀ ਹੈਗਾ, ਬਹੁਤ ਚੰਗੇ ਲੋਕ ਹੈ ਵੈਸੇ ਕੀਨੀਆ ਦੇ, ਮਤਲਬ ਪਿੰਡਾਂ ਦਾ ਲੱਕਾ ਜਿਹੜਾ। ਹੁਣ ਅਸੀਂ ਇੱਥੋਂ ਲੈਣੀ ਹੈ ਕੋਈ ਬੱਸ ਅਤੇ ਦੁਬਾਰਾ ਪਹੁੰਚਣਾ ਹੈਗਾ ਡਾਊਨ ਟਾਊਨ ਸਿਟੀ ਸੈਂਟਰ, ਅਤੇ ਸਿਟੀ ਸੈਂਟਰ ਜਾ ਕੇ ਅਤੇ ਫਿਰ ਕੁਛ ਅਗਲੇ ਵਲੌਗ ਤੁਹਾਨੂੰ ਨਵਾਂ ਐਕਸਪਲੋਰ ਕਰਾਂਗੇ, ਕੁਛ ਨਵਾਂ ਹੋਰ ਦਿਖਾਵਾਂਗੇ। ਯੂ ਆਰ ਗੋਇੰਗ ਟੂ ਡਾਊਨ ਟਾਊਨ? ਓਏ ਆਸਕਰ ਨੂੰ ਪੁੱਛੋ, ਆਸਕਰ ਨੂੰ ਵੇਟ। ਓਕੇ ਸਾਵਾ ਸਾਵਾ ਮੀਨਸ ਓਕੇ, ਸਾਵਾ ਮੀਨਸ ਓਕੇ 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 ਓਕੇ। ਓ ਯੂ ਸ਼ੁਡ ਟੈਲ ਹਿਮ ਅਸਾਂਤੇ ਸਾਨਾ, ਅਸਾਂਤੇ ਐਂਡ ਕੋਹੇਰੀ, ਕੋਹੇਰੀ ਔਰ ਅਸਾਂਤੇ ਸਾਨਾ ਕੋਹੇਰੀ। ਥੈਂਕ ਯੂ ਓਕੇ, ਵੈਲਕਮ। Okay, okay, welcome back. Next time we will meet you again, huh? Okay, thank you so much. Thank you. Bye. Bye-bye. ਇਹੋ ਜਿਹੀਆਂ ਬੱਸਾਂ ਚੱਲਦੀਆਂ, ਹੁਣ ਅਸੀਂ ਬੱਸ ਲੈਣੀ ਹੈਗੀ ਇੱਥੋਂ ਅਤੇ ਵਾਪਸ ਜਾਣ ਦੇ ਲਈ। ਬਹੁਤ ਵਧੀਆ ਰਿਹਾ ਯਾਰ ਅੱਜ ਦਾ ਦਿਨ, ਕੋਈ ਲੜਾਈ ਪੜ੍ਹਾਈ ਤੋਂ ਬਚੇ ਅਤੇ ਵਧੀਆ ਘੁੰਮਿਆ ਫਿਰਿਆ, ਸੋਹਣਾ ਲੱਗਿਆ ਸਾਰਾ ਦੇਖ ਕੇ। ਸੁਣਾ ਯਾਰ, ਵੀ ਆਰ ਗੋਇੰਗ ਅਪ। Thank you. Thank you, boss. Thank you so much. I want to say thank you too. Let me wish you success in your next video you are going to shoot. Thank you. Thank you so much. We just meet once you are, you're welcome again. Yeah, thank you. Thank you so much. Nice experience with you and Oscar, everything. Everything good. Yeah, thank you. ਇਹ ਭਾਈ ਇਹਨਾਂ ਨੂੰ ਤੁਸੀਂ ਐਡ ਕਰ ਸਕਦੇ, ਇਹਨਾਂ ਦਾ ਵੈਸੇ ਮੈਂ ਆਸਕਰ ਦਾ ਨੰਬਰ ਸਾਰੇ ਕਿਤੇ ਪਾ ਦੂੰਗਾ, ਆਸਕਰ ਇਹ ਅੱਗੇ ਕੰਟੈਕਟ ਆਪੇ ਬਣਾ ਆਉਂਦਾ ਹੁੰਦਾ ਹੈਗਾ, ਅਤੇ ਬਾਕੀ ਜਿਵੇਂ ਤੁਹਾਨੂੰ ਪਹਿਲਾਂ ਸਹਿ ਸਾਰਿਆਂ ਬਿਨਾਂ ਪੋਸੀਬਲ ਨਹੀਂ ਸੀਗਾ। ਸੋ ਇਹ ਸੀ ਆਪਣਾ ਅੱਜ ਦਾ ਵਲੌਗ ਅਤੇ ਇਹਨੂੰ ਇੱਥੇ ਕਰਦੇ ਹਾਂ ਸਮਾਪਤ, ਅਤੇ ਇਸ ਤੋਂ ਬਾਅਦ ਜਿਹੜੀ ਨਾਇਰੋਬੀ ਦੀਆਂ ਸੋਹਣੀਆਂ ਸੋਹਣੀਆਂ ਜਗ੍ਹਾਵਾਂ ਨੇ ਉਹ ਤੁਹਾਨੂੰ ਘੁਮਾਉਣੀ ਹੈ, ਪੰਜਾਬੀ ਪਰਿਵਾਰਾਂ ਨਾਲ ਮਿਲਾਉਣਾ ਹੈਗਾ, ਉਹਨਾਂ ਨਾਲ ਘੁੰਮਾਂਗੇ ਹੁਣ, ਜਿਹੜੀਆਂ ਉਹਨਾਂ ਦੇ ਕੰਮ ਕਾਰ ਦਿਖਾਉਣੇ, ਕਿਉਂਕਿ ਜਿਹੜੀਆਂ ਖਤਰਨਾਕ ਜਿਹੀਆਂ ਜਗ੍ਹਾਵਾਂ ਸੀ ਆਸਕਰ ਨਾਲ ਘੁੰਮਣੀਆਂ ਸੀ ਉਹ ਲਗਭਗ ਸਮਾਪਤ ਹੈ, ਅਤੇ ਇਸ ਮਤਲਬ ਥੋੜ੍ਹਾ ਜਿਹਾ ਚੇਂਜ ਕਰਾਂਗੇ ਹੁਣ, ਪੰਜਾਬੀ ਪਰਿਵਾਰਾਂ ਨਾਲ ਉਹਨਾਂ ਨਾਲ ਘੁੰਮਾਂਗੇ, ਵਧੀਆ ਵਧੀਆ ਥਾਵਾਂ ਜਿੱਥੇ ਜਿੱਥੇ ਲੈ ਕੇ ਜਾਣਗੇ, ਕਿਉਂਕਿ ਸਾਡੀ ਗੱਲਬਾਤ ਹੋਈ ਹੈ ਉਹ ਸਾਨੂੰ ਲੈਣ ਆਉਣਗੇ ਅਤੇ ਹੋਟਲ ਤੋਂ, ਅਤੇ ਉਹਨਾਂ ਦੇ ਘਰ ਜਾਵਾਂਗੇ, ਘਰ ਰਹਾਂਗੇ। ਬਾਕੀ ਕਿਵੇਂ ਦਾ ਰਹਿੰਦਾ ਸਾਡਾ ਸਫ਼ਰ ਅਫਰੀਕਾ ਦਾ, ਕੀਨੀਆ ਦਾ, ਤੁਸੀਂ ਦੇਖਦੇ ਰਹੋ, ਜੁੜੇ ਰਹੋ ਆਪਣੀ ਸੀਰੀਜ਼ ਨਾਲ, ਮਿਲਦੇ ਹਾਂ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ। ਓਕੇ, ਗੁੱਡ ਬਾਏ, ਸਤਿ ਸ਼੍ਰੀ ਅਕਾਲ, ਰੱਬ ਰਾਖਾ। ਇਹ ਵੀ ਕਹਿੰਦਾ ਵੀਡੀਓ ਕੱਟ ਕਰਦੇ।